हेलो फ्रेंड्स वेलकम बैक टू माय चैनल आई होप यू ऑल आर डूइंग गुड सो आज assi gal karan ge PS TET पेपर 1 ਦੇ ਰਿਗਾਰਡਿੰਗ ਜੈਸੇ ਕਿ ਆਪ ਲੋਕ ਜਾਣਤੇ ਹੋ ਕਿ ਬਹੁਤ ਜ਼ਿਆਦਾ ਗਲਤੀਆਂ ਸਿ ਗਈ ਤੇ ਅੱਜ ਜਿਹੜੀ ਆ ਫਾਈਨਲੀ ਮੀਟਿੰਗ ਹੋਈ ਆ ਹਰਪਾਲ ਸਿੰਘ ਚੀਮਾ ਜੀ ਦੇ ਨਾਲ ਤੇ ਕੀ ਗੱਲਬਾਤ ਹੋਈ ਉਹ ਮੀਟਿੰਗ ਦਾ ਮੈਂ ਤੁਹਾਨੂੰ ਅਪਡੇਟ ਦਿੰਦੀ ਹਾਂ ਬਿਫੋਰ 댓 ਆਈ ਰਿਕਵੈਸਟ ਯੂ ਟੂ ਸਬਸਕ੍ਰਾਈਬ ਮਾਈ ਚੈਨਲ ਫॉर ਫਰਦਰ ਨੋਟੀਫਿਕੇਸ਼ਨਸ ਤੋਂ ਹੁਣ ਗੱਲ ਕਰਦੇ ਆ ਮੀਟਿੰਗ ਦੀ ਤਾਂ ਅੱਜ ਮੀਟਿੰਗ ਵਿੱਚ ਜੋ ਹੈ ਯੂਨੀਅਨ ਵੱਲੋਂ ਕਾਫੀ ਜ਼ਿਆਦਾ ਪੁਆਇੰਟਸ ਰੱਖੇ ਗਏ ਨੇ ਤੇ ਕਾਫੀ ਜ਼ਿਆਦਾ ਪ੍ਰੂਫਸ ਦਿੱਤੇ ਗਏ ਨੇ ਐਜ਼ ਯੂ ਆਲ ਨੋ ਦੈਟ ਪੀਐਸਟੈਟ 1 ਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਿਸਪ੍ਰਿੰਟਿੰਗ ਸੀਗੀ ਠੀਕ ਹੈ ਤੇ PS TET 1 ਦਾ ਪੇਪਰ ਜਿਹੜਾ ਹੈ ਉਹ ਦੁਬਾਰਾ ਹੋਣਾ ਸੀਗਾ ਪਰ ਉਹ ਵੀ ਨਹੀਂ ਹੋਇਆ ਰਿਗਾਰਡਲੈਸ PS TET 2 ਦਾ ਪੇਪਰ ਜਿਹੜਾ ਹੈ ਉਹ ਦੁਬਾਰਾ ਰੀਕੰਡਕਟ ਹੋ ਗਿਆ ਤਾਂ ਅੱਜ ਜਿਹੜੇ ਚੀਮਾ ਜੀ ਨੇ ਸਾਨੂੰ ਇਹ ਆਸ਼ਵਾਸ਼ਣ ਦਿਲਾਇਆ ਹੈ ਕਿ ਦੇ ਵਿਲ ਪ੍ਰੋਵਾਈਡ ਸੋਲੂਸ਼ਨ ਔਨ अर्ਲੀ ਬੇਸਿਸ ਤੇ ਉਹਨਾਂ ਨੇ ਅੱਜ ਹੀ ਕਾਲ ਕਰਕੇ ਡਿਪਾਰਟਮੈਂਟ ਨਾਲ ਵੀ ਮੀਟਿੰਗ ਜੋ ਹੈ ਉਹ ਫਾਈਨਲਾਈਜ਼ ਕਰਾਈ ਸੀਗੀ ਤੇ ਹੁਣ ਦੇਖਦੇ ਹਾਂ ਕਿ ਤੁਹਾਨੂੰ ਗ੍ਰੇਸ ਮਾਰਕਸ ਦਿੱਤੇ ਜਾਣਗੇ ਜਾਂ ਫਿਰ ਦੁਬਾਰਾ ਪੇਪਰ ਹੋਵੇਗਾ ਤਾਂ ਜੋ ਵੀ ਅਪਡੇਟ ਹੋਏਗੀ ਮੈਂ ਤੁਹਾਨੂੰ ਇਸ ਚੈਨਲ ਤੇ ਜੋ ਹੈ ਅਪਡੇਟ ਪ੍ਰੋਵਾਈਡ ਕਰਾਂਗੇ ਟਿਲ ਥੈਨ ਬਾਏ ਬਾਏ